ਔਰ ਕਿਸੇ ਮੁੱਦੇ ਤੇ ਔਰ ਅੱਛੇ ਮੁੱਦੇ ਤੇ ਇਕੱਠਾ ਹੋਇਆ ਔਰ ਇਸ ਇਕੱਠ ਦੀ ਇਸ ਮੈਜੋਰਿਟੀ ਦੀ ਬਹੁਤ ਪਹਿਲਾਂ ਲੋੜ ਸੀਗੀ ਪਰ ਦੇਰ ਆਏ ਦਰੁਸਤ ਆਏ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਾਰੇ ਵੀਰ ਭੈਣ ਭਰਾ ਸਾਰੇ ਇਕੱਠੇ ਆ ਬੱਬੂ ਮਾਨ ਕਹਿੰਦੇ ਹੁੰਦੇ ਆ ਕਿ ਮਹਿਕਮਾ ਕਦੇ ਇਕੱਠਾ ਨਹੀਂ ਹੋ ਸਕਦਾ ਪਰ ਇਹ ਐਤਕੀ ਉਹਨਾਂ ਨੇ ਜੀ ਇੱਥੇ ਇਸ ਮੁੱਦੇ ਤੇ ਆਪਾਂ ਖੜੇ ਆ ਨਾ ਜਿੱਥੇ ਆਹਾ ਇੱਥੇ ਮੈਂ ਕਹਿ ਦਿੰਨੀ ਆ ਅਸੀਂ ਸਾਰੇ ਭਾਵੇਂ ਇਕੱਠੇ ਹੋ ਜਾਈਏ ਉਹਨਾਂ ਦੇ ਵੱਖਰੀ ਇੱਕ ਬੀਨ ਉਹਨਾਂ ਦੀ ਵੱਜਦੀ ਰਹਿਣੀ ਆ ਕਿੰਨਾ ਦੀ ਨਾ ਤੁਸੀਂ ਲਿਆ ਉਹਨਾਂ ਦੀ ਵੱਖਰੀ ਬੀਨ ਹੁੰਦੀ ਆ ਸੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਆਉਂਦਾ ਨਹੀਂ ਆਉਂਦਾ ਪਰ ਸਾਡੇ ਨਾਲ ਜਿਹਨਾਂ ਦੇ ਪੀੜ ਹੈਗੀ ਆ ਉਹ ਇੱਥੇ ਪਹੁੰਚੇ ਆ ਅਸੀਂ ਫੇਸਬੁੱਕ ਤੇ ਕੱਲੀਆਂ ਚੀਕਾਂ ਨਹੀਂ ਮਾਰਦੇ ਅਸੀਂ ਖੜੇ ਆ ਗਰਾਊਂਡ ਦੇ ਵਿੱਚ ਪਰ ਤੁਸੀਂ ਕਹਿ ਕੇ ਬੋਲਣਾ ਬੰਦ ਕਰਤਾ ਇੰਨੀ ਬੇਬਾਕੀ ਨਾਲ ਬੋਲਦੇ ਹੋ ਬੰਦ ਕਿਉਂ ਕਰਤਾ ਦੇਖੋ ਜੀ ਬੇਬਾਕੀ ਔਰ ਬੇਬਾਕੀ ਉੱਥੇ ਚੰਗੀ ਲੱਗਦੀ ਹੈ ਜਿੱਥੇ ਸੁਣਨ ਵਾਲਾ ਅੱਗਾ ਵੀ ਸੂਝਵਾਨ ਹੋਣਾ ਚਾਹੀਦਾ ਜੇ ਤੁਹਾਡੀ ਬੇਬਾਕੀ ਨੂੰ ਕੋਈ ਹੋਰ ਹੀ ਨਾਮ ਦੇ ਦਿੱਤਾ ਜਾਂਦਾ ਮੈਨੂੰ ਲੱਗਦਾ ਅਸੀਂ ਬੇਬਾਕੀ ਦੀ ਲੋੜ ਨਹੀਂ ਹੈਗੀ ਬੇਬਾਕੀ ਉੱਥੇ ਹੋਣੀ ਚਾਹੀਦੀ ਜਿੱਥੇ ਇਸ ਮੁੱਦੇ ਤੇ ਅਸੀਂ ਅੱਜ ਖੜੇ ਆ ਇਸ ਮੁੱਦੇ ਤੇ ਸਾਨੂੰ ਵਿਵਾਦ ਹੋ ਕੇ ਬੋਲਣ ਦੀ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈਗੀ ਆ ਔਰ ਅਸੀਂ ਆਵਾਜ਼ ਬੁਲੰਦ ਕਰ ਰਹੇ ਆ ਇੱਥੇ ਇਹੋ ਜਿਹੇ ਮੁੱਦਿਆਂ ਤੇ ਵਿਵਾਕੀ ਦੀ ਲੋੜ ਆ ਮੈਨੂੰ ਲੱਗਦਾ ਕਲਾਕਾਰੀ ਵਾਲੇ ਮਹਿਕਮੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵਿਵਾਕੀ ਦੀ ਲੋੜ ਹੈਗੀ ਆਪਣਾ ਕੰਮ ਕਰੋ ਨੱਚੋ ਟੱਪੋ ਗਾਓ ਵਧੀਆ ਗਾਣੇ ਬਣਾਓ ਲੋਕਾਂ ਨੂੰ ਗਾਣਿਆਂ ਤੱਕ ਮਤਲਬ ਹੁੰਦਾ ਹੋਰ ਕਿਸੇ ਚੀਜ਼ ਨਾਲ ਮਤਲਬ ਮੈਂ ਇੰਨੇ ਸਾਲਾਂ ਦੇ ਵਿੱਚ ਸਰਵਾਈ ਨਿਚੋੜ ਕੱਢਿਆ ਪਬਲਿਕ ਇਸ਼ੂਜ਼ ਤੇ ਤੁਹਾਨੂੰ ਲੱਗਦਾ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਰਹੋਗੇ ਜਿਹੜੇ ਮਾੜੇ ਮੋਟੇ ਕੋਈ ਕਦੇ ਕਿਸੇ ਕਲਾਕਾਰ ਨੇ ਉਹਦੇ ਬਾਰੇ ਕਹਿਤਾ ਕਦੇ ਕਿਸੇ ਨੇ ਉਹਦੇ ਬਾਰੇ ਕਹਿਤਾ ਉਹ ਬੰਦ ਹੈ ਉਹ ਬੰਦ ਹੈ ਉੱਥੇ ਨਹੀਂ ਮੈਂ ਬੋਲਦੀ ਬਿਲਕੁਲ ਨਹੀਂ ਕਿਉਂਕਿ ਉਹ ਉਹਨਾਂ ਦੇ ਆਪਸ ਦੇ ਮੁੱਦੇ ਹੁੰਦੇ ਆ ਜਿੱਥੇ ਮੈਨੂੰ ਐਂ ਲੱਗਦਾ ਕਿ ਆਹ ਪੀੜ ਮੇਰੀ ਵੀ ਪੀੜ ਹੈ ਉੱਥੇ ਮੈਂ ਜ਼ਰੂਰ ਉਹਨਾਂ ਦਾ ਸਾਥ ਦੂੰਗੀ ਜਿੱਥੇ ਮੈਨੂੰ ਲੱਗਦਾ ਕਿ ਇਹ ਸਹੀ ਗੱਲ ਹੈਗੀ ਹਮੇਸ਼ਾ ਮੈਂ ਸਹੀ ਚੀਜ਼ ਦੇ ਨਾਲ ਖੜੀ ਹਾਂ ਸ਼ਾਇਦ ਇਹ ਸਾਰੇ ਜਨਤਾ ਨੂੰ ਵੀ ਪਤਾ ਹੈਗਾ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ ਆ ਕਿ ਮੈਂ ਹਮੇਸ਼ਾ ਸਹੀ ਚੀਜ਼ ਦਾ ਹਮੇਸ਼ਾ ਸਾਥ ਦਿੱਤਾ ਤੁਸੀਂ ਸਾਡੇ ਮਗਰ ਐਂ ਪੈ ਜਾਂਦੇ ਹੋ ਉੱਥੇ ਰੁਪਿੰਦਰ ਹਾਂਡਾ ਨੂੰ ਸਵਾਲ ਪੁੱਛ ਰਹੇ ਹੋ ਕਿ ਬੱਬੂ ਮਾਨ ਜੀ ਪਹੁੰਚੇ ਨੀ ਲੱਖ ਲਾਂਤ ਜੇ ਯੰਗਸਟਰਸ ਦੇ ਯੰਗਸਟਰਸ ਸਿੰਗਰ ਜਿੰਨੇ ਹੈਗੇ ਨੇ ਯੰਗ ਸਿੰਗਰ ਹੈਗੇ ਨੇ ਜੇ ਉਹ ਪਹੁੰਚ ਰਹੇ ਨੇ ਤਾਂ ਸੀਨੀਅਰ ਨੇ ਉਹਨਾਂ ਨੂੰ ਜ਼ਰੂਰੀ ਅਸੀਂ ਕਹਿਣਾ ਆ ਵੀ ਤੁਸੀਂ ਆਓ ਅਸੀਂ ਮਰ ਗਏ ਅਸੀਂ ਖੜੇ ਆ ਸਾਰੇ ਜਾਣੇ ਐਟਲੀਸਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਤੁਸੀਂ ਵੱਜ ਗੱਜ ਕੇ ਪਹੁੰਚੋ ਸਾਰੇ ਜਾਣੇ ਪਹੁੰਚੋ ਸਾਡੇ ਲਈ ਉਹੀ ਬਹੁਤ ਹੈ ਜੇ ਸਾਡੇ ਮਾਂ ਬਾਪ ਸਾਨੂੰ ਕਹਿਣਗੇ ਕਿ ਬੇਟਾ ਜੀ ਜਾ ਤੁਸੀਂ ਆਹ ਚੀਜ਼ ਕਰੋ ਅਸੀਂ ਇਹ ਥੋੜੀ ਕਹਾਂਗੇ ਮੰਮੀ ਡੈਡੀ ਤੁਸੀਂ ਵੀ ਚਲੋ ਧੁੱਪੇ ਸਾਡੇ ਨਾਲ ਧੱਕੇ ਖਾਣ ਪਰ ਇਹਦਾ ਮਤਲਬ ਇਹ ਨਹੀਂ ਜੇ ਘਰੇ ਬੈਠੇ ਨੇ ਉਹ ਚੰਗਾ ਨਹੀਂ ਸੋਚਦੇ ਸਿਰ ਨੀ ਪੈਰ ਨੀ ਚੀਜ਼ ਦਾ ਤੁਸੀਂ ਚੱਕ ਕੇ ਉਹ ਚੀਜ਼ਾਂ ਪੁੱਛੀ ਜਾਂਦੇ ਹੋ ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਸਿਰਫ ਔਰ ਸਿਰਫ ਕ੍ਰਿਟੀਸਿਜ਼ਮ ਅੱਜ ਕਿਤੇ ਵੀ ਕੋਈ ਨਿਊਜ਼ ਮੈਨੂੰ ਇਹੋ ਜਿਹੀ ਦਿਖਾ ਦਿਓ ਜਿਹਦੇ ਚ ਰੁਪਿੰਦਰ ਨੇ ਕਿਹਾ ਇਹ ਬੱਬੂ ਮਾਨ ਨਹੀਂ ਪਹੁੰਚਿਆ ਸਿੱਧੂ ਮੂਸੇਵਾਲੇ ਨੇ ਆਹ ਕਿਹਾ ਉਹਨੇ ਇਹ ਕਿਹਾ ਹਿਮਾਂਸ਼ੀ ਭੱਜੀ ਰਣਜੀਤ ਬਾਵੇ ਨੇ ਆਹ ਕੀਤਾ ਉਹ ਨਹੀਂ ਪਹੁੰਚਿਆ ਦੈਟਸ ਇਟ ਤੁਹਾਨੂੰ ਸਿਰਫ ਆਹੀ ਕਰਨਾ ਆਉਂਦਾ ਆ ਦੈਨ ਯੂ ਹੈਵ ਨੋ ਰਾਈਟ ਤੁਸੀਂ ਕੱਲ ਨੂੰ ਕਿਸੇ ਨੂੰ ਕਹੋ ਕਿ ਜੀ ਸਿੰਗਰ ਆ ਨਹੀਂ ਕਰਦੇ ਸਿੰਗਰ ਉਹ ਨਹੀਂ ਕਰਦੇ ਪਹਿਲੇ ਮੀਡੀਆ ਹੋਣ ਦਾ ਫਰਜ਼ ਨਿਭਾਓ ਇੱਥੇ ਰੱਬ ਕਿਹੜਾ ਆ ਮੈਨੂੰ ਦਿਖਾ ਦਿਓ ਕਿਹੜਾ ਬੰਦਾ ਇੱਥੇ ਰੱਬ ਆ ਅਸੀਂ ਮੈਂ ਤਾਂ ਕਹਿੰਦੀ ਹਾਂ ਪੰਜਾਬੀ ਇੰਡਸਟਰੀ ਵਿਚਾਰੀ ਕਿੱਧਰ ਨੂੰ ਜਾਵੇ ਕੁਛ ਹੁੰਦਾ ਇਹਨਾਂ ਦੇ ਮਗਰ ਪੈ ਜਾਓ ਹਰ ਚੀਜ਼ ਦੇ ਵਿੱਚ ਉਹ ਸ਼ੁਕਰ ਮਨਾਓ ਸਾਰੇ ਜਾਣੇ ਇਕੱਠੇ ਹੋਏ ਨੇ ਤੁਸੀਂ ਬੱਬੂ ਮਾਨ ਇਜ਼ ਨੋਟ ਇਨ ਇੰਡੀਆ ਰਾਈਟ ਨਾਓ ਜੇ ਹੁੰਦੇ ਡੈਫੀਨੇਟਲੀ ਮੈਨੂੰ ਪਤਾ ਉਹ ਪਹੁੰਚਦੇ ਉਹਨਾਂ ਕਰਕੇ ਇੰਨਾ ਇਕੱਠ ਹੋਣਾ ਸੀਗਾ ਬਟ ਜੇ ਕੋਈ ਇਨਸਾਨ ਨਹੀਂ ਪਹੁੰਚ ਸਕਿਆ ਉਹਦੀ ਉਹ ਦੇਖੋ ਤੇ ਤੁਸੀਂ ਦੂਜੇ ਸਿੰਗਰਾਂ ਨੂੰ ਜਿਹਦੇ ਨਾਲ ਉਹਦਾ ਥੋੜਾ ਬਹੁਤਾ ਗੁੱਸਾ ਗਿਲਾ ਹੋਇਆ ਤੁਸੀਂ ਉਹਨੂੰ ਹੋਰ ਚੀਜ਼ਾਂ ਪੁੱਛੀ ਜਾਂਦੇ ਹੋ ਗਲਤੀ ਨਾਲ ਜੇ ਉਹਨੇ ਕੁਛ ਕਹਿ ਦਿੱਤਾ ਤੇ ਤੁਹਾਨੂੰ ਹੈਡਲਾਈਨ ਮਿਲ ਗਈ ਅਸੀਂ ਨਹੀਂ ਨਿਭਾਉਂਦੇ ਅਸੀਂ ਹੈ ਬੇਕਾਰ ਅਸੀਂ ਬੇਵਕੂਫ ਅਸੀਂ ਮਹਾਂ ਬਕਵਾਸ ਅਸੀਂ ਕੋਈ ਫਰਜ਼ ਨਹੀਂ ਨਿਭਾਉਂਦੇ ਤੁਸੀਂ ਨਿਭਾ ਲਓ ਕੋਈ ਫਰਜ਼ ਨਿਭਾਉਣਾ ਆ ਇੰਨੇ ਬੰਦਿਆਂ ਦੀ ਇਹਨਾਂ ਨੇ ਲਾਈਫ ਖਰਾਬ ਕੀਤੀ ਹੈ ਨਾ ਇਹ ਗਲਤ